ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਵੀ ਗੁੱਡ ਮੋਰਨਿੰਗ। ਬਰਸਾਤ ਹੋ ਰਹੀ ਆ ਸਵੇਰੇ, ਜਾਂ ਅੱਜ 8 ਜਾਂ 9 ਮਈ ਆ ਐਗਜੈਕਟਲੀ, ਮੈਨੂੰ ਡੇਟਾਂ ਡੂਟਾਂ ਭੁੱਲ ਗਈਆਂ। ਤੁਸੀਂ ਦੇਖੋ ਰੱਬ ਕਿੱਡਾ ਕਰੋਪ ਹੋਇਆ ਹੋਇਆ ਵਾ। ਔਰ ਦੇਖੋ ਤੁਸੀਂ, ਆਹ ਬਿਜਲੀਆਂ ਲਸ਼ਕੀਆਂ ਨੇ ਖੜ੍ਹੇ ਪੈਰ ਹੀ ਬੱਦਲ 'ਚੋਂ, ਆ ਕਿਵੇਂ ਇਹਨੇ ਮੀਂਹ ਬਰਸਾਤ ਆ ਟੀਨਾਂ 'ਚ ਹੋ ਰਹੀਆਂ ਨੇ ਆਵਾਜ਼। ਆ ਸੁਣੋ ਬਰਸਾਤ ਦੀ, ਤੁਹਾਨੂੰ ਮੈਂ ਹਰ ਰੋਜ਼ ਬੇਨਤੀਆਂ ਕਰਦਾ ਬਈ ਭਾਈਓ ਭੈਣੋ, ਰੱਬ ਰੁੱਸਿਆ ਹੋਇਆ ਮਨਾ ਲਓ। ਰੱਬ ਤਾਂ ਐਡਾ ਕੁ ਕਰੋਪ ਹੋਇਆ ਹੋਇਆ, ਮਈ ਦੇ ਮਹੀਨੇ ਇਹੋ ਜਿਹੇ ਮੌਸਮ, ਇਹੋ ਜਿਹੀਆਂ ਬਿਜਲੀਆਂ ਚਮਕ ਰਹੀਆਂ, ਰੱਬ ਨੇ ਕੀ ਕਰਨਾ ਵਾ। ਔਰ ਜਿਉਂ ਜਿਉਂ ਹੁਣ ਲੋਕਡਾਊਨ ਨਰਮ ਹੋ ਰਿਹਾ, ਤਿਉਂ ਤਿਉਂ ਮੈਨੂੰ ਲੱਗਦਾ ਵੀ ਲੋਕਾਂ ਨੇ ਮੱਲੋ ਜੋਰੀ ਮਰਨਾ। ਆ ਮੈਂ ਹੁਣੇ ਇੱਕ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਹੈ, ਮੋਟਰਸਾਈਕਲ 'ਤੇ ਕੁੜੀ ਕੀ ਕੁਛ ਕਰ ਰਹੀ ਸੀ ਸਰਕਟ ਹਾਊਸ ਕੋਲ, ਮੈਂ ਦੱਸ ਨਹੀਂ ਸਕਦਾ ਕਿਉਂਕਿ ਮੇਰੇ ਕਈ ਭੈਣ ਭਾਈਆਂ ਨੂੰ, ਯਾਰਾਂ ਦੋਸਤਾਂ ਨੂੰ, ਉਹਨਾਂ ਦੇ ਪਰਿਵਾਰਾਂ 'ਚ ਦੇਖਦੇ ਨੇ ਮੇਰੀਆਂ ਵੀਡੀਓ। ਬਹੁਤ ਦੂਰ ਦੂਰ ਬਾਹਰਲੀਆਂ ਕੰਟਰੀਆਂ 'ਚ ਜਾਂਦੀਆਂ ਨੇ, ਹਿੰਦੁਸਤਾਨ ਦੇ ਵੀ ਇਹ ਕੋਨੇ ਕੋਨੇ 'ਚ ਜਾ ਰਹੀਆਂ ਨੇ, ਕੋਈ ਬੰਗਲੌਰ, ਕੋਈ ਹੈਦਰਾਬਾਦ, ਉਹ ਮੇਰੇ ਆਪਣੇ, ਕੋਈ ਜੈਪੁਰ, ਆਪਣੇ ਰਿਲੇਸ਼ਨਾਂ ਵਾਲਿਆਂ ਦੇ, ਜਿਨ੍ਹਾਂ ਦਾ ਕਰਮ ਧਰਮ ਹੀ ਹੈ ਵੀ ਬਿੱਟੂ ਵੀਰ ਜੀ ਤੁਹਾਡਾ ਕੋਈ ਮੈਸੇਜ ਨਹੀਂ ਆਇਆ ਅੱਜ, ਵਟਸਐਪ ਦਾ ਕੀ ਹੋਇਆ, ਠੀਕ ਆ ਤੁਹਾਡੀ ਸਿਹਤ, ਇਹ ਉਹਨਾਂ ਨੂੰ ਜਾਣੀਏ। ਮੈਂ ਦੱਸ ਨਹੀਂ ਸਕਦਾ ਉਹ ਕੁੜੀ ਕਿਹਦੀ ਧੀ ਸੀ, ਕੀ ਕੁਛ ਕਰ ਰਹੇ ਸੀ ਉਹ। ਜਦੋਂ ਮੈਂ ਦੇਖਿਆ ਇੱਕਦਮ ਉਹਨੇ ਆਪਣੇ ਕੱਪੜੇ ਕੁੱਪੜੇ ਸਿੱਧੇ ਕਰਕੇ, ਫਿਰ ਵੀ ਹਟੇ ਨਹੀਂ ਵੀਡੀਓ ਬਣਾ ਕੇ, ਮੈਂ ਵੀ ਡਰ ਗਿਆ ਬਈ ਬਹੁਤ ਕੋਈ ਵਿਗੜੇ ਬੱਚੇ ਨੇ, ਕੋਲੇ ਨਹੀਂ ਖੜਨਾ। ਨਹੀਂ, ਮੈਂ ਉਹਨਾਂ ਨੂੰ ਕਹਿਣ ਲੱਗਿਆ ਸੀ ਵੀ ਤੁਸੀਂ ਕੀ ਕੁਛ ਕਰ ਰਹੇ ਹੋ, ਮਾਸਕ ਨਹੀਂ ਲਾਇਆ, ਇਹ ਕੀ ਚੂੰਡੀਆਂ ਵੱਢ ਰਹੇ ਆ, ਕਿਹਦੀ ਧੀ ਆ, ਕਿਹਦੇ ਤੂੰ ਭੈਣ, ਕਿਹੜੇ ਤੇਰੇ ਮਾਂ ਬਾਪ ਨੇ, ਇਹੋ ਜਿਹੇ ਮਾਂ ਬਾਪਾਂ ਨੇ ਬੱਚਿਆਂ ਤੋਂ ਕੰਟਰੋਲ ਖੋ ਲਿਆ ਆਪਣਾ, ਕਿਉਂਕਿ ਮਾਂ ਬਾਪ ਹੀ ਅੱਜ ਕੱਲ੍ਹ ਵਿਗਾੜ ਹੋ ਗਏ। ਬੱਚਿਆਂ ਨੂੰ ਇਹ ਕੀ ਕਰਨ, ਬੱਚਿਆਂ ਦੇ ਉੱਤੇ ਅਸਰ ਹੀ ਨਹੀਂ ਰਿਹਾ, ਮਾਂ ਕਿੱਥੇ ਕੀ ਕਰਦੀ ਹੈ ਅਤੇ ਬਾਪ ਕੀ ਕਰਦਾ, ਉਹ ਬੱਚੇ ਵੀ ਦੇਖ ਦੇਖ ਕੇ ਉਹੋ ਜਿਹੇ ਹਰਾਮ ਪੁਣੇ ਸਿੱਖ ਗਏ। ਔਰ ਮੇਰੀਆਂ ਤਾਂ ਇਹੀ ਬੇਨਤੀਆਂ ਨੇ ਕਿ ਰੱਬ ਬਹੁਤ ਆ, ਜਿੰਨੇ ਵੀ ਲੋਕ ਨੇ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਸੰਭਾਲ ਕੇ ਰੱਖੋ, ਇਹ ਜਿੰਨੇ ਮਸਟੰਡ ਪੁਣੇ ਇਹ ਮੁੰਡੇ ਮੁੰਡੇ ਮਸਟੰਡੀਆਂ ਕਰਦੇ ਨੇ, ਇਹਨਾਂ ਦੇ ਨਾ ਜਿੱਥੇ ਲੱਭਣ ਛਿੱਤਰ ਪਰੇਟ ਕਰੋ ਫੜ ਕੇ, ਕਿਉਂਕਿ ਪੁਲਿਸ ਇਹਨਾਂ ਨੂੰ ਹਰ ਥਾਂ ਨਹੀਂ ਦੇਖ ਸਕਦੀ। ਸਾਡਾ ਵੀ ਕਰਮ ਧਰਮ ਬਈ ਇਹ ਕਰੋ। ਜੋ ਵੀ ਮੈਂ ਅੱਜ ਥੋੜ੍ਹਾ ਜਿਹਾ ਆਪਣਾ ਪਾਠ ਵੀ ਸੁਣਦਾ ਸੀ, ਨਹੀਂ ਤਾਂ ਮੈਂ ਉਹ ਫੜ ਕੇ ਕੁੱਟਣੇ ਸੀ। ਇੱਦਾਂ ਹੀ ਇੱਕ ਰੋਜ਼ ਗਾਰਡਨ ਦੇ ਵਿੱਚ ਕੋਈ ਹੋ ਗਏ 3-4 ਸਾਲ ਕੁੜੀ ਸੀਗੀ, ਤਾਂ ਉਹ ਕਹਿੰਦੇ ਬਈ ਉਹ ਨਵੀਂ ਛੱਡ ਦੇ ਮੈਨੂੰ, ਨਵੀਂ ਛੱਡ ਦੇ ਮੈਨੂੰ। ਮੈਂ ਸੋਚਿਆ ਵੀ ਇਹਦੀ ਭੈਣ ਆ, ਕਿਉਂਕਿ ਮੇਰੀ ਤਾਂ ਨਿਗਾਹ ਹੀ ਇਹੋ ਜਿਹੀ ਆ, ਮੈਂ ਤਾਂ ਹਰ ਇੱਕ ਨੂੰ ਭੈਣ ਕਹਿੰਦਾ, ਭਾਬੀ ਕਦੇ ਕਿਹਾ ਹੀ ਨਹੀਂ। ਮੈਂ ਕਿਹਾ ਇਹਦੀ ਭੈਣ ਹੋਣੀ ਆ। ਜਦੋਂ ਮੈਂ ਦੇਖਿਆ ਉਹਨੇ ਕੁੜੀ ਦੀ ਅੱਧਾ ਨੰਗੀ ਕਰਤੀ ਕੁੜੀ, ਫਿਰ ਵੀ ਮੈਂ ਕਿਹਾ ਓਏ ਸ਼ਰਮ ਨਹੀਂ ਆਉਂਦੀ, ਫੜਾ ਇਹਦਾ ਮੋਬਾਈਲ, ਮੋੜ ਜੇ ਵੋ। ਅਤੇ ਮੈਨੂੰ ਮੈਂ ਕਿਹਾ ਕੁੜੀਏ ਕੀ ਇਹ ਮੋਬਾਈਲ ਖੋਲਿਆ, ਕਹਿੰਦੀ ਨਹੀਂ ਸਾਡੀ ਆਪਸ ਦੀ ਗੱਲ ਆ। ਮੈਂ ਕਿਹਾ ਆਪਸ ਦੀ ਗੱਲ ਆ, ਤੂੰ ਆਪਣੇ ਉਹਦਾ ਟੱਬਰ ਦਾ ਨਾਂ ਰੋਸ਼ਨ ਕਰਦੀ ਹੈ। ਥੋੜ੍ਹਾ ਜਿਹਾ ਮੇਰੇ ਤੋਂ 10 ਕਦਮ ਦੂਰ ਜਾ ਕੇ ਪਤਾ ਕੀ ਕਹਿੰਦੀ ਮੈਨੂੰ, ਕਹਿੰਦੀ ਸਾਡੀ ਨਾ ਪਰਵਾਹ ਕਰ, ਆਪਣਾ ਸੰਭਾਲ ਜਾ ਕੇ। ਓਏ ਹੋਏ ਕਿੰਨੀ ਮਸਟੰਡੀ, ਕਿੰਨੀ ਗੰਦੀ ਉਹ ਕੁੜੀ ਸੀ, 18-19 ਸਾਲ ਦੀ ਸੀ, ਕਿੰਨੀ ਉਹਦੇ ਜੀਭ ਲੱਗੀ ਸੀ। ਫਿਰ ਮੈਂ ਉਹਨਾਂ ਨੂੰ ਪੁਲਿਸ ਚੌਂਕੀ ਵਾਲਿਆਂ ਨੂੰ ਦੱਸਿਆ, ਫਿਰ ਸੈਰ ਕਰਨ ਵਾਲੇ ਲੋਕ ਆ ਗਏ, ਕਹਿੰਦੇ ਵੀਰ ਜੀ ਬਾਹਰੋਂ ਬਾਹਰ ਗਏ ਸੀ, ਦਿਖੇ ਨਹੀਂ ਸੈਰ ਕਰਨ, ਕਾਫੀ ਦੇਰ ਹੋ ਗਈ। ਮੈਂ ਕਿਹਾ ਇਹ, ਫਿਰ ਉਹ ਮੈਨੂੰ ਕਹਿੰਦੇ ਬਿਲਕੁਲ ਨਾ ਕਰੀਓ, ਇੱਥੇ ਤਾਂ ਓਪਨ ਸੈਕਸ ਹੁੰਦਾ। ਫਿਰ ਇਹਦੀਆਂ ਗੱਲਾਂ ਮੈਂ ਕਮਿਸ਼ਨਰ ਈਸ਼ਵਰ ਸਿੰਘ ਨੂੰ ਦੱਸੀਆਂ ਵੀ ਇੱਥੇ ਆਓ, ਬਾਹਰ ਗਏ ਪੁਲਿਸ ਮੁਲਾਜ਼ਮ ਖੜ੍ਹੇ। ਮੈਂ ਕਿਹਾ ਓਏ ਤੁਸੀਂ ਇੱਥੇ ਖੜ੍ਹੇ ਕੀ ਕਰਦੇ ਹੋ, ਤੁਸੀਂ ਅੰਦਰ ਓਪਨ ਸੈਕਸ ਕਰਾਉਂਦੇ ਹੋ? ਕਹਿੰਦਾ ਭਾਈ ਸਾਹਿਬ ਇਹ ਗੱਲ ਸਾਡੇ ਅਫਸਰਾਂ ਨੂੰ ਪੁੱਛੋ। ਮੈਂ ਕਿਹਾ ਦੱਸੋ, ਕਹਿੰਦੇ ਅਸੀਂ ਤਾਂ ਅਸੀਂ ਕੁਛ ਨਹੀਂ ਕਹਿ ਸਕਦੇ, ਪਰਸੋਂ ਸਾਨੂੰ ਇੱਕ ਕੁੜੀ ਨੇ, ਅਸੀਂ ਇੱਦਾਂ ਹੀ ਇਤਰਾਜ਼ ਯੋਗ 'ਚ ਪਹਿਲਾਂ ਫੜ ਲਏ, ਅਤੇ ਸਾਨੂੰ ਕਹਿੰਦੇ DSP ਕੋਲ ਲਿਜਾ ਕੇ ਬੈਲਟ ਲਹਾਉਣੀ ਪਈ ਸਾਡੀ,
ਕਹਿੰਦੀ ਇਹ ਝੂਠ ਬੋਲਦੇ ਨੇ, ਪੈਸੇ ਲਏ ਨੇ ਮੇਰੇ ਤੋਂ। ਕਹਿੰਦੇ ਇੱਥੇ ਤਾਂ ਇਹੋ ਜਿਹਾ ਕੁਛ ਗੰਦ ਆ ਧਰਤੀ 'ਤੇ, ਉਹ ਜਿੱਧਰ ਸਿਟੀ ਸੈਂਟਰ ਆ ਕਹਿੰਦੇ ਗੱਡੀਆਂ ਹਿਲਦੀਆਂ ਹੁੰਦੀਆਂ ਨੇ, ਅਸੀਂ ਚੁੱਪ ਕਰਕੇ ਰਾਤ ਨੂੰ ਦੇਖਦੇ ਰਹਿੰਦੇ ਹਾਂ। ਇਹ ਸੱਚਾਈਆਂ ਨੇ, ਇਹ ਸੱਚਾਈਆਂ ਤੋਂ ਮੂੰਹ ਨਾ ਮੋੜੋ ਤੁਸੀਂ ਪੰਜਾਬ ਵਾਸੀਓ। ਤੁਹਾਡੇ ਨਾਲੋਂ ਤਾਂ ਬਾਹਰਲੇ ਦੇਸ਼ ਚੰਗੇ ਨੇ ਯਾਰ, ਉਹ ਚਾਹੇ ਕੱਪੜੇ ਵੀ ਛੋਟ ਪਾਉਂਦੀਆਂ ਨੇ, ਲੇਕਿਨ ਇਹ ਤਾਂ ਨਹੀਂ ਹੈ ਰਾਤ ਨੂੰ ਜੰਗਲ 'ਚ ਚਲੀ ਜਾਵੇ ਕੋਈ, ਚਾਹੇ ਕੋਈ ਕਿਤੇ ਇੱਦਾਂ ਤਾਂ ਨਹੀਂ। ਇੱਥੇ ਤਾਂ ਮੈਂ ਕਹਿੰਦਾ ਲੋਕ ਆਹ, ਫਿਰ ਮੈਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆ ਜਿਹੜੀਆਂ ਮਜ਼ਬੂਰ ਔਰਤਾਂ ਨੇ ਆਪਣਾ ਜਿਸਮ ਵੇਚਦੀਆਂ, ਇਹਨਾਂ ਨੂੰ ਫੜ ਲੈਂਦੇ ਹੋ, ਇਹੋ ਜਿਹੀਆਂ ਨੂੰ ਨਹੀਂ ਫੜਦੇ। ਉਹ ਵੀ ਚੰਗੀਆਂ ਨੇ ਜਿਹੜੀਆਂ ਕਿਸੇ 'ਤੇ ਜਾ ਕੇ ਆਪਣੇ ਉਹਦੇ ਕਿਤੇ ਜਾਂਦੀਆਂ ਨੇ ਟਿਕਾਣੇ 'ਤੇ। ਇਹਨਾਂ ਨਾਲੋਂ ਵੀ ਬੇੜਾ ਗਰਕ ਹੋ ਗਿਆ ਅੱਜ ਦੇ ਜਵਾਕਾਂ ਦਾ। ਆਪਣੇ ਮੁੰਡਿਆਂ ਨੂੰ ਵੀ ਸਮਝਾਓ, ਆਪਣੀਆਂ ਧੀਆਂ ਨੂੰ ਵੀ ਸੰਭਾਲੋ। ਇਹਨਾਂ ਨੇ ਕਿਸੇ ਦੀਆਂ ਧੀਆਂ ਬਣਨਾ, ਨੋਹਾਂ ਬਣਨਾ। ਮੈਂ ਫੈਟਅਪ ਹੋ ਗਿਆ ਸੀਗਾ, ਮੈਂ ਰੋਜ਼ ਗਾਰਡਨ ਮੈਂ ਨਾ ਫਿਰਨ ਲੱਗ ਪਿਆ, ਇੱਕ ਮਹੀਨਾ ਕਮਲੇ ਆ ਮੰਗੂ ਸਵੇਰੇ ਹੀ ਚਲੇ ਜਾਣਾ, ਕਿਉਂਕਿ ਵਿਹਲਾ ਹੈਗਾ ਵੀ ਆਪਣੀਆਂ। ਮੈਂ ਉੱਥੇ ਟੀਚਰ ਆ ਗਏ ਇੱਕ ਬੱਚੇ ਨੂੰ ਲੈ ਕੇ, ਮੈਂ ਕਿਹਾ ਭੈਣ ਜੀ ਇੱਥੇ ਨਾ ਆਇਆ ਕਰੋ। ਕਹਿੰਦੀ ਕਿਉਂ ਜੀ, ਬੱਚੇ ਨੂੰ ਪਿਕਨਿਕ 'ਤੇ ਲੈ ਕੇ ਆਏ ਹਾਂ। ਮੈਂ ਕਿਹਾ ਭੈਣ ਜੀ ਨਾ ਲੈ ਕੇ ਆਓ, ਇੱਥੇ ਮਾਹੌਲ ਗੰਦਾ ਵਾ। ਓਏ ਹੋਏ ਹੋਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੇ ਆਪਾਂ ਕਹਿੰਦੇ ਸੀ ਮੂੰਹ ਬੰਨੀ ਫਿਰਦੀਆਂ ਨੇ, ਹੁਣ ਤਾਂ ਮਾਸਕ ਆ ਗਏ ਨੇ, ਹੁਣ ਤਾਂ ਮਾਸਕ ਆ ਗਏ। ਲੇਕਿਨ ਉਹ ਇਸ ਕੁੜੀ ਨੇ ਤਾਂ ਮਾਸਕ ਵੀ ਨਹੀਂ ਸੀ ਲਾਇਆ, ਮੁੰਡੇ ਨੇ ਵੀ ਮਾਸਕ ਨਹੀਂ ਸੀ ਲਾਇਆ। ਦੇਖੋ ਫਿਰ ਕਰੋਨਾ, ਕਰੋਨਾ ਤਾਂ ਇੱਕ ਛੋਟਾ ਜਿਹਾ ਵਾਇਰਸ ਹੈ। ਰੱਬ ਨੇ ਤੁਹਾਡੇ ਜਿੰਨੇ ਤੁਸੀਂ ਧਰਤੀ 'ਤੇ ਗੰਦ ਪਾ ਤੇ ਲੋਕੋ, ਰੱਬ ਸਖਤ ਨਾਰਾਜ਼ ਆ। ਸਮਝਾ ਲਓ ਆਪਣੀਆਂ ਸੰਤਾਨਾਂ ਨੂੰ, ਸੁਧਰ ਜਾਓ ਤੁਸੀਂ ਵੀ। ਲੋਕਡਾਊਨ ਹੋਇਆ ਹੋਇਆ ਪਹਿਰਾ ਦਿਓ ਆਪਣੇ ਜਵਾਕਾਂ 'ਤੇ, ਉਹਨਾਂ ਦੇ ਚੈੱਕ ਕਰੋ ਫੋਨ, ਉਹਨਾਂ ਦੇ ਟੀ ਵੀ ਔਨ ਨਹੀਂ ਕਰਨ ਦੇਣੇ। ਇਹ ਕੀ ਕਰ ਰਹੇ ਨੇ ਜਵਾਕ, ਉਹਨਾਂ ਨੂੰ ਖੇਲਾਂ 'ਚ ਲਾਓ, ਇਮਿਊਨਿਟੀ ਵਧਾਓ, ਆਪ ਵੀ ਇਹ ਕਰੋ ਬੰਦ। ਫਿਰ ਬਾਅਦ 'ਚ ਬਿੱਟੂ ਨੂੰ ਵੀ ਕਈ ਕਹਿ ਦਿੰਦੇ ਨੇ ਵੀ ਤੂੰ ਵੀ ਵਟਸਐਪ ਚਲਾਉਂਦਾ ਵਾਂ। ਮੈਂ ਚਲਾਉਂਦਾ ਵਾਂ, ਮੈਂ ਇਤਰਾਜ਼ਯੋਗ ਨਹੀਂ ਤੁਹਾਡੇ ਕੰਨ ਖੋਲ੍ਹਣ ਨੂੰ। ਵਟਸਐਪ ਚਲਾਉਂਦਾ, ਮੇਰੀ ਐਨਰਜੀ ਵੇਸਟ ਹੁੰਦੀ ਆ ਇਹ ਵੀਡੀਓ ਬਣਾਉਣ 'ਚ। ਮੇਰਾ ਦਿਲ ਦਿਮਾਗ ਨਹੀਂ ਕਹਿੰਦਾ ਵੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ। ਸ਼ੇਅਰ ਕਰਨ ਲਈ ਮਜਬੂਰ ਹਾਂ ਮੈਂ। ਇਹ ਰੱਬ ਜਦੋਂ 8 ਵਜੇ ਚੰਗੇ ਅਸਮਾਨ 'ਚ ਬਿਜਲੀਆਂ ਕੜਕਾਤੀਆਂ, ਐਡੀਆਂ ਕੁ ਕੜਕੀਆਂ, ਮੈਂ ਕਿਹਾ ਲੈ ਵੀ ਗਿਰ ਗਈ ਮੇਰੇ 'ਤੇ ਬਿਜਲੀ। ਇੱਕਦਮ ਕਿੰਨਾ ਮੀਂਹ ਪਿਆ, ਮੈਂ ਇੱਥੇ ਖੇਤਾਂ 'ਚ ਬੈਠਾ ਅਤੇ ਸ਼ੈੱਡ ਦੇ ਥੱਲੇ ਆ ਗਿਆ, ਚੰਗਾ ਭਲਾ ਖੇਤ ਸੈਰ ਕਰ ਰਿਹਾ ਸੀਗਾ। ਸਮਝ ਲਓ ਮੇਰੀਆਂ ਬੇਨਤੀਆਂ, ਪ੍ਰਵਾਨ ਕਰੋ, ਸੁਧਰ ਜਾਓ ਤੁਸੀਂ, ਨਹੀਂ ਤਾਂ ਇਹ ਆਉਣ ਵਾਲਾ ਸਮਾਂ ਭਿਅੰਕਰ ਹੋਣਾ। ਮੈਂ ਪਹਿਲਾਂ ਵੀ ਦੱਸਿਆ ਤਾਂ ਕਰੋਨਾ ਵਾ, ਉਹ ਤਾਂ ਥੱਲਾ ਉੱਤੇ ਕਰ ਸਕਦਾ ਵਾ, ਜਲਜਲੇ ਲਿਆ ਸਕਦਾ ਵਾ। ਥੱਲੇ ਹੀ ਨਾ ਦੱਬੇ ਜਾਈਓ, ਪਤਾ ਹੀ ਨਹੀਂ ਲੱਗਣਾ ਬਿਲਡਿੰਗ 32 ਟਾਵਰੀ ਥੱਲੇ ਕਿੱਧਰ ਨੂੰ ਗਈ। ਬਹੁਤ ਕੁਛ ਹੋਇਆ ਇੱਦਾਂ, ਰਾਤ ਨੂੰ ਅੱਗਾਂ ਲੱਗ ਜਾਂਦੀਆਂ ਨੇ ਘਰਾਂ ਨੂੰ, ਉਹ ਸਭ ਰੱਬ ਦੇ ਹੀ ਹੁੰਦੇ ਨੇ, ਜਿਹਦੀ ਉਹੀ ਰੱਖਿਆ ਕਰਦਾ ਉਹੀ ਬਚਦਾ। ਇਸ ਲਈ ਸਾਰੇ ਭੈਣ ਭਾਈਆਂ ਨੂੰ, ਮਾਂ ਬਾਪ ਨੂੰ, ਰਿਸ਼ਤੇਦਾਰਾਂ ਨੂੰ, ਸੱਜਣ ਮਿੱਤਰਾਂ ਨੂੰ ਮੇਰੀਆਂ ਬੇਨਤੀਆਂ ਨੇ, ਸੁਧਰ ਜਾਓ, ਆਪਣੇ ਬੱਚਿਆਂ 'ਤੇ ਕੰਟਰੋਲ ਰੱਖੋ। ਨਹੀਂ ਤਾਂ ਤੁਹਾਨੂੰ ਵੀ ਕੋਈ ਧੀ ਨੂੰਹ ਤੁਹਾਡੀ ਨਾ ਲੱਭਣੀ ਨਹੀਂ ਜਿਹੜੀ ਕਰੈਕਟਰ ਦੀ ਸਿੱਧੀ ਹੋਵੇ। ਇੰਨਾ ਗੰਦ ਪਾਤਾ ਸਾਰੇ, ਮੈਂ ਕਹਿੰਦਾ ਯਾਰ ਹੱਦ ਹੋ ਗਈ। ਤੁਹਾਨੂੰ ਚੁੱਭਦੀਆਂ ਨੇ ਚੁੱਭ ਜਾਣ, ਇਹ ਸਾਰੀ ਦੁਨੀਆ ਜਾਣਦੀ ਹੈ, ਪੰਜਾਬ ਪੁਲਿਸ ਜਾਣਦੀ ਹੈ, ਈਸ਼ਵਰ ਸਿੰਘ ਕਮਿਸ਼ਨਰ ਇਹਨਾਂ ਦੇ ਗਵਾਹ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਓ ਜੀ, ਉਹ ਕਹਿੰਦੇ ਜੀ ਮੈਂ ਪੁਲਿਸ ਦਾ ਪਹਿਰਾ ਕਰ ਦਿੰਦਾ। ਮੈਂ ਕਿਹਾ ਆਓ ਜੀ ਇੱਥੇ, ਅਤੇ ਜਦੋਂ ਉਹ ਕਹਿੰਦੇ ਆ ਜਾਂਦੇ ਆ ਉਹ ਜਾਂਦੇ, ਮੈਂ ਉਹਨਾਂ ਨੂੰ ਡਾਇਰੈਕਟ ਕਿਹਾ, ਮੈਂ ਕਿਹਾ ਈਸ਼ਵਰ ਸਿੰਘ ਜੀ ਮੈਂ ਆਪਣੇ ਬੱਚੇ ਲੈ ਕੇ ਆਉਂਦਾ, ਤੁਸੀਂ ਆਪਣੇ ਬੱਚੇ ਲੈ ਕੇ ਇੱਥੇ ਸੈਰ ਕਰਨ ਆਓ, ਫਿਰ ਤੁਹਾਨੂੰ ਪਤਾ ਲੱਗੂਗਾ। ਫਿਰ ਉਹਨਾਂ ਨੇ ਦੂਜੇ ਦਿਨ ਰੇਡ ਕਰਾਈਆਂ। ਫਿਰ ਇੱਕ ਨਾ ਉਹ DSP ਸੀਗੇ RK ਬਖਸ਼ੀ ਆ, ਉਹਨਾਂ ਕੋਲ ਵੀ ਜਾਣੀ ਹੈ, ਉਹ ਸੁਣਦੇ ਹੋਣਗੇ। ਹੁਣ ਉਹ SSP ਲੱਗੇ ਨੇ ਕਿਤੇ, ਬਹੁਤ ਮੇਰੇ ਪਰਮ ਮਿੱਤਰ ਨੇ। ਮੈਂ ਉਹਨਾਂ ਨੂੰ ਕਿਹਾ ਬਈ ਆ ਦੇਖੋ ਵੀਰ ਜੀ ਇੱਥੇ ਕੀ ਹੋ ਰਿਹਾ। ਉਹ ਵੀ ਡਾਬਰ MLA ਨੂੰ ਕਿਹਾ, ਉਹਦੇ ਨਾਲ ਸੈਰ ਕਰਦੇ ਨੇ, ਵੀਰ ਜੀ ਇੱਥੇ ਤਾਂ ਇਹ ਕੁਛ ਹੋ ਰਿਹਾ ਰੋਜ਼ ਗਾਰਡਨ 'ਚ। ਕਹਿੰਦੇ ਬਿੱਟੂਆ ਤੇਰੇ 'ਤੇ ਕਿਸੇ ਨੇ ਬਲਾਤਕਾਰ ਦਾ ਪਰਚਾ ਪਾ ਦੇਣਾ। ਮੈਂ ਕਿਹਾ ਵੀਰ ਜੀ ਮੈਂ ਤਾਂ ਇੱਕੋ ਹੀ ਕਹਿਣਾ ਵਾ ਪੁਲਿਸ ਕੋਲ ਜਾ ਕੇ ਵੀ ਮੈਨੂੰ ਬਲਾਤਕਾਰ ਕੀਤਾ, 100 ਸਾਲ ਅੰਦਰ ਸਜ਼ਾ ਦੇ ਦਿਓ, ਮੈਨੂੰ 2 ਮਿੰਟ ਦਿਓ। ਮੈਂ ਕਿਹਾ ਮੈਂ ਤਾਂ ਰਿਵਾਲਵਰ ਕੱਢਣਾ ਕੁੜੀ ਦੇ ਜਿਹਨੇ ਮੇਰੇ 'ਤੇ ਐਲੀਗੇਸ਼ਨ ਲਾਇਆ, ਉਹਦੇ ਨਾਸਾਂ 'ਚ ਲਾ ਲੈਣਾ। ਬਈ ਦੱਸ, ਜਾਂ ਤਾਂ ਮੈਂ ਮਾਰੂੰ ਗੋਲੀ ਜਾਂ ਤੇਰੇ ਗਈ ਗੋਲੀ।
ਮੈਂ ਕਿਹਾ ਮੈਂ ਆਪਣਾ ਆਪਣਾ ਨਿਬੇੜਾ ਆਪ ਕਰਨ ਜਾਣਦਾ। MLA ਡਾਬਰ ਸਾਡਾ ਸੁਰਿੰਦਰ ਡਾਬਰ ਸੈਰ ਕਰ ਰਹੇ ਸੀਗੇ, ਮੈਨੂੰ ਸ਼ੋਰਟ ਕਰਤਾ। ਫਿਰ ਬਾਅਦ 'ਚ ਕਹਿੰਦੇ ਉਹ ਚੂਰਨ ਨਹੀਂ ਦਿੱਤਾ ਤੂੰ ਤ੍ਰਿਫਲੇ ਦਾ। ਮੈਂ ਕਿਹਾ ਮੈਂ ਬਣਾਉਣਾ ਯਾਰ ਦਿੰਦਾ ਵਾਂ। ਇੱਦਾਂ ਦੀਆਂ ਗੱਲਾਂ ਨੇ ਕਿਉਂਕਿ ਇਹ ਜਿਹੜੀਆਂ ਸੱਚ ਨੇ ਸਾਰੀਆਂ ਗੱਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਦਾ। ਮੈਨੂੰ ਪਤਾ ਇਹ ਪੰਜਾਬ ਦੇ ਸਾਰੇ MLA ਕੋਲ ਜਾ ਰਹੀਆਂ ਨੇ। ਇਹ CM ਆਫਿਸ 'ਚ ਕੈਪਟਨ ਸੰਦੀਪ ਸੰਧੂ ਨੂੰ ਡਾਇਰੈਕਟ ਹੁਣੇ ਹੀ ਭੇਜਣੀ, ਸਭ ਤੋਂ ਪਹਿਲਾਂ ਉਹਨਾਂ ਤੋਂ ਹੀ ਮੈਂ ਕਰਦਾ। ADCP ਹਰੀਸ਼ ਦਿਆਮਾ ਜੀ ਨੂੰ ਜਾਣੀ ਹੈ, ਕ੍ਰਾਈਮ ਦੇ ਇੱਥੇ ਦੇ 101% ਉਹੋ ਜਿਹਾ ਘੈਂਟ ਅਫਸਰ ਹੈ ਨਹੀਂ, ਲੁਧਿਆਣਾ ਦੇ ਵਿੱਚ ਲੱਗੇ ਨੇ ਉਹ ADCP ਇਨਵੈਸਟੀਗੇਸ਼ਨ ਸਪੋਰਟਸ ਪਰਸਨ ਨੇ, ਕੋਈ ਬੇਦਾਗ ਅਫਸਰ ਹੈ ਉਹਨਾਂ ਨੂੰ ਵੀ ਜਾ ਰਹੀ ਹੈ, ਰੋਜ਼ ਜਾਂਦੀਆਂ ਨੇ। ਜੇ ਬਿੱਟੂ ਦੀਆਂ ਗੱਲਾਂ ਅਸ਼ਲੀਲ ਹੋਣ ਅਤੇ ਗਲਤ ਹੋਣ ਤਾਂ ਮੇਰੇ 'ਤੇ ਵੀ ਕਾਰਵਾਈਆਂ ਕਰ ਸਕਦੇ ਨੇ। ਇਸ ਲਈ ਸੱਚ ਨੂੰ ਦਬਣ ਦੇਣਾ ਹੀ ਨਹੀਂ, ਮੈਂ ਸੱਚ ਦੇ ਰਾਹ ਫੜੇ ਹੋਏ ਨੇ, ਸੱਚੇ ਹੀ ਰਹਿਣਾ। ਇਹ ਗੱਲਾਂ ਮੇਰੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।